ਸਤਿਸ਼੍ਰੀਅਕਾਲ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਅੰਮ੍ਰਿਤ ਵਿਰਦੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਪ੍ਰਧਾਨ ਮੰਤਰੀ ਮੋਦੀ ਦਾ ਰਾਸ਼ਟਰ ਤਿਲਕ ਦੇ ਨਾਲ ਅੱਜ ਦੂਜੀ ਵਾਰ ਦੇਸ਼ ਦੇ ਕਮਾਨ ਸੰਭਾਲਣਗੇ ਨਰਿੰਦਰ ਮੋਦੀ ਤੇ ਉਸ ਦੇ ਵਿਚਾਲੇ ਮੋਦੀ ਕੈਬਨਿਟ ਦੇ ਸਾਰੇ ਨਾਮ ਲਗਭਗ ਤੈਅ ਕਰ ਲਏ ਗਏ ਨੇ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਤੋਂ ਹਰਸਿਮਰਤ ਕੌਰ ਬਾਦਲ ਫਿਰ ਬਣਨਗੇ ਮੰਤਰੀ। ਉਧਰ ਹੁਸ਼ਿਆਰਪੁਰ ਤੋਂ ਬੀਜੇਪੀ ਸਾਂਸਦ ਸੋਮ ਪ੍ਰਕਾਸ਼ ਨੂੰ ਵੀ ਕੈਬਨਿਟ ਦੇ ਵਿੱਚ ਥਾਂ ਮਿਲੀ ਹੈ। ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਤੋਂ ਵੀ ਦੋ ਮੰਤਰੀਆਂ ਦੇ ਨਾਮ ਫਾਈਨਲ ਹੋਏ ਨੇ। ਰਾਵਿੰਦਰਜੀਤ ਸਿੰਘ ਅਤੇ ਕ੍ਰਿਸ਼ਨਪਾਲ ਗੁੱਜਰ ਕੈਬਨਿਟ ਦੇ ਵਿੱਚ ਸ਼ਾਮਿਲ ਹੋਣਗੇ। ਸੋ ਪੰਜਾਬ ਤੋਂ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਾਰ ਫਿਰ ਤੋਂ ਮੌਕਾ ਮਿਲਿਆ ਹੈ, ਇੱਕ ਵਾਰ ਫਿਰ ਤੋਂ ਮੋਦੀ ਕੈਬਨਿਟ ਦਾ ਹਿੱਸਾ ਬਣਨਗੇ ਹਰਸਿਮਰਤ ਕੌਰ ਬਾਦਲ। ਤੇ ਉਧਰ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਵੱਲੋਂ ਸੋਮ ਪ੍ਰਕਾਸ਼ ਨੂੰ ਜਗ੍ਹਾ ਮਿਲੇਗੀ ਮੋਦੀ ਕੈਬਨਿਟ ਦੇ ਵਿੱਚ। ਹਾਲਾਂਕਿ ਕੈਸਰਾਈਆਂ ਦਾ ਬਾਜ਼ਾਰ ਸ਼ੁਰੂ ਤੋਂ ਹੀ ਗਰਮ ਸੀ। ਹਰਸਿਮਰਤ ਕੌਰ ਬਾਦਲ ਪਿਛਲੀ ਵਾਰ ਵੀ ਮੋਦੀ ਕੈਬਨਿਟ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ, ਜਿਸ ਕਰਕੇ ਕਿਆਸ ਲਗਾਤਾਰ ਲਗਾਏ ਜਾ ਰਹੇ ਸੀ ਕਿ ਇਸ ਵਾਰ ਵੀ ਅਕਾਲੀ ਦਲ ਹਰਸਿਮਰਤ ਕੌਰ ਬਾਦਲ ਨੂੰ ਹੀ ਕੈਬਨਿਟ ਦੇ ਵਿੱਚ ਭੇਜਣਾ ਚਾਹੇਗਾ। ਤੇ ਕਿਤੇ ਨਾ ਕਿਤੇ ਬੀਜੇਪੀ ਵੱਲੋਂ ਵੀ ਹਰਸਿਮਰਤ ਕੌਰ ਬਾਦਲ ਦੇ ਨਾਮ ਤੇ ਹੀ ਮੋਹਰ ਲਗਾਈ ਗਈ ਹੈ। ਦੂਜੀ ਵਾਰ ਮੋਦੀ ਕੈਬਨਿਟ ਦਾ ਹਿੱਸਾ ਬਣਨ ਜਾ ਰਹੇ ਨੇ ਹਰਸਿਮਰਤ ਕੌਰ ਬਾਦਲ, ਤੇ ਬੀਜੇਪੀ ਨੇ ਸੋਮ ਪ੍ਰਕਾਸ਼ ਦਾ ਨਾਮ ਵੀ ਫਾਈਨਲ ਕੀਤਾ ਹੈ। ਅਕਾਲੀ ਤੇ ਬੀਜੇਪੀ ਵੱਲੋਂ ਦੋ ਕੈਬਨਿਟ ਮੰਤਰੀ ਬਣਨ ਜਾ ਰਹੇ ਨੇ ਮੋਦੀ ਦੀ ਵਜ਼ਾਰਤ ਦੇ ਵਿੱਚ। ਦੋ ਮੰਤਰੀਆਂ ਨੂੰ ਥਾਂ ਮਿਲੇਗੀ, ਹਰਸਿਮਰਤ ਕੌਰ ਬਾਦਲ ਤੇ ਸੋਮ ਪ੍ਰਕਾਸ਼। ਸਾਡੇ ਸਹਿਯੋਗੀ ਪੰਕਜ ਲਾਈਵ ਜੁੜੇ ਹੋਏ ਨੇ, ਗੱਲਬਾਤ ਕਰਦੇ ਆ। ਪੰਕਜ, ਜਿਵੇਂ ਸ਼ੁਰੂ ਤੋਂ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿਤੇ ਨਾ ਕਿਤੇ, ਹਾਲਾਂਕਿ ਸੁਖਬੀਰ ਬਾਦਲ ਦਾ ਨਾਮ ਵੀ ਚੱਲ ਰਿਹਾ ਸੀ ਇਸ ਲਿਸਟ ਦੇ ਵਿੱਚ, ਪਰ ਹੁਣ ਆਖਿਰਕਾਰ ਹਰਸਿਮਰਤ ਕੌਰ ਬਾਦਲ ਦੇ ਨਾਮ ਤੇ ਮੋਹਰ ਲੱਗ ਗਈ ਹੈ। ਸਾਫ਼ ਹੋ ਗਿਆ ਕਿ ਦੂਜੀ ਵਾਰ ਵੀ ਹਰਸਿਮਰਤ ਕੌਰ ਬਾਦਲ ਹੀ ਮੋਦੀ ਕੈਬਨਿਟ ਦਾ ਹਿੱਸਾ ਬਣਨਗੇ, ਤੇ ਨਾਲ ਹੀ ਨਾਲ ਸੋਮ ਪ੍ਰਕਾਸ਼ ਦਾ ਨਾਮ ਵੀ ਲਿਸਟ ਦੇ ਵਿੱਚ ਆਇਆ ਹੈ। ਬਿਲਕੁਲ, ਪੰਜਾਬ ਦੇ ਸੰਦਰਭ ਨਾਲ ਦੇਖਿਆ ਜਾਵੇ ਤਾਂ 2014 ਵਰਗੀ ਸਥਿਤੀ ਇੱਕ ਵਾਰ ਫਿਰ ਬਣੀ ਹੈ। 2014 ਦੇ ਵਿੱਚ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਜਿੱਤੇ ਸੀ, ਮੰਤਰੀ ਮੰਡਲ 'ਚ ਜਗ੍ਹਾ ਮਿਲੀ ਸੀ। 2019 'ਚ ਵੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਜਿੱਤੇ, ਔਰ ਹੁਣ ਸਾਫ਼ ਹੋ ਗਿਆ ਹੈ ਕਿ ਹਰਸਿਮਰਤ ਕੌਰ ਬਾਦਲ ਇੱਕ ਵਾਰ ਫਿਰ ਜੋ ਮੋਦੀ ਗਵਰਨਮੈਂਟ ਦੇ ਵਿੱਚ ਸ਼ਾਮਲ ਹੋਣਗੇ, ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿੱਤੀ ਜਾਏਗੀ। ਪਹਿਲਾਂ ਚਰਚਾ ਜ਼ਰੂਰ ਸੀ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਉਹ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਵੇ, ਲੇਕਿਨ ਪੰਜਾਬ ਦੇ ਵਿੱਚ 2.5 ਸਾਲ ਬਾਅਦ ਫਿਰ ਚੋਣਾਂ ਹੋਣੀਆਂ ਨੇ, ਔਰ ਇਸੇ ਵਜ੍ਹਾ ਕਰਕੇ ਸੁਖਬੀਰ ਸਿੰਘ ਬਾਦਲ ਪੰਜਾਬ 'ਚ ਹੀ ਰਹਿਣਾ ਚਾਹੁੰਦੇ ਨੇ, ਕੇਂਦਰ ਦੀ ਵਜ਼ਾਰਤ ਵਿੱਚ ਨਹੀਂ ਆਉਣਾ ਚਾਹੁੰਦੇ। ਦੂਸਰੀ ਅਹਿਮ ਗੱਲ, ਹੁਸ਼ਿਆਰਪੁਰ ਤੋਂ 2014 ਦੇ ਵਿੱਚ ਵਿਜੇ ਸਾਂਪਲਾ ਜਿੱਤ ਕੇ ਆਏ ਸੀ, ਦਲਿਤ ਲੀਡਰ ਨੇ, ਰਿਜ਼ਰਵ ਸੀਟ ਹੈ ਹੁਸ਼ਿਆਰਪੁਰ ਦੀ, MOS ਉਹਨਾਂ ਨੂੰ ਬਣਾਇਆ ਗਿਆ ਸੀ, ਸੋਸ਼ਲ ਜਸਟਿਸ ਮਹਿਕਮੇ ਦੇ ਵਿੱਚ MOS ਯਾਨੀ ਕਿ ਸਟੇਟ ਮੰਤਰੀ ਜਿਹੜੇ ਨੇ ਉਹ ਲਗਾਏ ਗਏ ਸੀ। ਇਸ ਵਾਰ ਵਿਜੇ ਸਾਂਪਲਾ ਨੂੰ ਟਿਕਟ ਨਹੀਂ ਦਿੱਤੀ ਗਈ, ਉਹਨਾਂ ਦੀ ਥਾਂ 'ਤੇ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ। ਸੋਮ ਪ੍ਰਕਾਸ਼ ਜਿੱਤੇ, ਸੋਮ ਪ੍ਰਕਾਸ਼ ਨੂੰ ਹੁਣ ਫੋਨ ਆ ਚੁੱਕਿਆ, PMO ਤੋਂ ਜਿਹੜਾ PM ਦਫ਼ਤਰ ਤੋਂ ਫੋਨ ਆ ਚੁੱਕਿਆ, ਔਰ ਹੁਣ ਸੋਮ ਪ੍ਰਕਾਸ਼ ਜਿਹੜੇ ਨੇ ਉਹਨਾਂ ਨੂੰ MOS ਯਾਨੀ ਕਿ ਸਟੇਟ ਮੰਤਰੀ ਜਿਹੜਾ ਉਹ ਬਣਾਇਆ ਜਾ ਸਕਦਾ ਹੈ। ਤਸਵੀਰ ਇੱਕ ਵਾਰ ਫਿਰ 2014 ਵਰਗੀ 2019 ਦੇ ਵਿੱਚ ਪੰਜਾਬ ਦੇ ਸੰਦਰਭ ਨਾਲ ਦੇਖਿਆ ਜਾਵੇ ਤਾਂ ਉਹ ਤਸਵੀਰ ਦੇਖਣ ਨੂੰ ਮਿਲ ਰਹੀ ਹੈ। ਸੋਮ ਪ੍ਰਕਾਸ਼ MOS ਜਿਹੜੇ ਨੇ ਉਹ ਬਣਾਏ ਜਾ ਸਕਦੇ ਨੇ। ਹਰਦੀਪ ਸਿੰਘ ਪੁਰੀ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੇਰੀ ਕੋਈ ਇੱਛਾ ਨਹੀਂ ਹੈ ਇਸ ਵਾਰ ਦਿੱਲੀ ਜਾਣ ਦੀ, ਕੇਂਦਰ ਦੇ ਵਿੱਚ ਜਾਣ ਦੀ, ਕੈਬਨਿਟ ਦਾ ਹਿੱਸਾ ਬਣਨ ਦੀ। ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਨੂੰ ਉਹ ਦੇਖਣਾ ਚਾਹੁੰਦੇ ਨੇ ਉੱਥੇ, ਪਰ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੇ ਹਾਲਾਤ ਅਜਿਹੇ ਨੇ ਕਿ ਹੁਣੇ ਤੋਂ 2022 ਦੀਆਂ ਤਿਆਰੀਆਂ ਜਿਹੜੀਆਂ ਉਹ ਅਕਾਲੀ ਦਲ ਨੇ ਸ਼ੁਰੂ ਕਰ ਦਿੱਤੀਆਂ, ਉਹਦੇ ਕਰਕੇ ਸੁਖਬੀਰ ਬਾਦਲ ਦਾ ਪੰਜਾਬ ਦੇ ਵਿੱਚ ਰਹਿਣਾ ਵਧੇਰੇ ਜ਼ਰੂਰੀ ਹੋ ਗਿਆ। ਬਿਲਕੁਲ ਅੰਮ੍ਰਿਤ, ਕਿਉਂਕਿ ਸਿਆਸਤ ਦੇ ਵਿੱਚ ਭਾਵਨਾਵਾਂ, ਸਿਆਸਤ ਦੇ ਵਿੱਚ ਇਮੋਸ਼ਨ ਜਿਹੜੇ ਨੇ ਉਹ ਨਹੀਂ ਚੱਲਦੇ। ਦਿਲੀ ਇੱਛਾ ਜ਼ਰੂਰ ਹੋ ਸਕਦੀ ਹੈ ਕਿ ਸੁਖਬੀਰ ਸਿੰਘ ਬਾਦਲ ਜੋ ਉਹਨਾਂ ਦੇ ਘਰਵਾਲੇ ਨੇ, ਹਰਸਿਮਰਤ ਕੌਰ ਬਾਦਲ ਦੇ ਘਰਵਾਲੇ ਨੇ, ਉਹ ਬਣਨ, ਲੇਕਿਨ ਸਿਆਸਤ ਦੇ ਵਿੱਚ ਹਰ ਪਹਿਲੂ ਜਿਹੜਾ ਉਹ ਦੇਖਿਆ ਜਾਂਦਾ, ਪਰਖਿਆ ਜਾਂਦਾ ਵੈ, ਔਰ ਇਸੇ ਦੇ ਮੱਦੇਨਜ਼ਰ ਕਿਉਂਕਿ ਅਕਾਲੀ ਦਲ ਦੇ ਲਈ ਇਸ ਵੇਲੇ ਬਹੁਤ ਕਰੂਸ਼ੀਅਲ ਟਾਈਮ ਹੈ, ਜਿੱਥੇ ਅਕਾਲੀ ਦਲ ਔਖੇ ਦੌਰ ਚੋਂ ਨਿਕਲ ਰਹੀ ਹੈ, ਸੁਖਬੀਰ ਸਿੰਘ ਬਾਦਲ ਨੂੰ ਕਮਾਲ ਸੰਭਾਲਣੀ ਪੈ ਰਹੀ ਹੈ। ਅਗਰ ਸੁਖਬੀਰ ਸਿੰਘ ਬਾਦਲ ਕੇਂਦਰ ਦੀ ਵਜ਼ਾਰਤ ਚਾਹੁੰਦੇ ਨੇ ਤਾਂ ਉਹਨਾਂ ਪੰਜਾਬ 'ਚ ਲੀਡਰਸ਼ਿਪ ਨੂੰ ਉਨਾ ਟਾਈਮ ਨਹੀਂ ਦੇ ਸਕਣਗੇ। ਇਸ ਕਰਕੇ ਇਹ ਫੈਸਲਾ ਲਿੱਤਾ ਗਿਆ ਹੈ ਕਿ ਹਰਸਿਮਰਤ ਕੌਰ ਬਾਦਲ ਕੇਂਦਰ 'ਚ ਰਹਿਣ, ਜਿਵੇਂ 2014 ਦੇ ਵਿੱਚ ਰਹੇ ਸੀ ਉਸੇ ਤਰੀਕੇ ਨਾਲ 2019 'ਚ ਵੀ ਰਹਿਣ, ਔਰ ਪੰਜਾਬ ਦੀ ਕਮਾਨ, ਪੰਜਾਬ ਦੀ ਕਮਾਨ ਅਕਾਲੀ ਦਲ ਦੇ ਲੀਡਰਾਂ ਦੇ ਨਾਲ, ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ 'ਚ ਕਿਵੇਂ ਜਾਨ ਫੂਕੀ ਜਾਵੇ, ਇਹ ਸੁਖਬੀਰ ਸਿੰਘ ਬਾਦਲ ਕਰ ਸਕਦੇ ਨੇ, ਕਿਉਂਕਿ ਬੇਅਦਬੀਆਂ ਦੇ ਬੜੇ ਬਹੁਤ ਸਾਰੇ ਇਲਜ਼ਾਮ ਲੱਗੇ। ਦੋ ਹਿੱਸਿਆਂ 'ਚ ਅਕਾਲੀ ਦਲ ਵੰਡੀ ਹੋਈ ਨਜ਼ਰ ਆਈ ਤਾਂ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਖੁਦ ਮੋਰਚਾ ਸੰਭਾਲਣ ਦੀ ਗੱਲ ਕਿਤੇ ਨਾ ਕੀਤੀ ਗਈ, ਕਰਨ ਦੀ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ, ਕਿਉਂਕਿ PM ਆਫਿਸ ਤੋਂ ਫੋਨ। ਪੰਕਜ ਬਣੇ ਰਹੋ ਸਾਡੇ ਨਾਲ, ਕੁਝ ਦੇਰ ਬਾਅਦ ਫਿਰ ਤੋਂ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ, ਬਣੇ ਰਹੋ ਸਾਡੇ ਨਾਲ। ਸੋ ਹਰਸਿਮਰਤ ਕੌਰ ਬਾਦਲ ਇੱਕ ਵਾਰ ਫਿਰ ਤੋਂ ਮੋਦੀ ਦੀ ਵਜ਼ਾਰਤ ਦਾ ਹਿੱਸਾ ਹੋਣਗੇ, ਥੋੜੀ ਦੇਰ ਦੇ ਵਿੱਚ ਦਿੱਲੀ ਰਵਾਨਾ ਹੋ ਜਾਣਗੇ ਹਰਸਿਮਰਤ ਕੌਰ ਬਾਦਲ। ਹਰਸਿਮਰਤ ਬਾਦਲ
एक बार फिर तो केंद्रीय मंत्री बनेंगे। अमृतसर तो दिल्ली दी फ्लाइट लैणगे हरसिमरत कौर बादल ते शाम नूं दिल्ली दे विच अपने अहुदे दी सहुं चुकणगे हरसिमरत कौर बादल। एक बार फिर तो हरसिमरत कौर बादल नूं मौका मिलिया है। हरसिमरत बादल एक बार फिर तो मोदी कैबिनेट का हिस्सा बनने जा रहे हैं। थोड़ी देर दे विच दिल्ली रवाना होणगे हरसिमरत कौर बादल।